ਲੈਵਲ ਜਦੋਂ ਯੂਨੀਵਰਸਿਟੀ 'ਚ ਅਸੀਂ ਪੜ੍ਹ ਕੇ ਆ ਜਾਂਦੇ ਹਾਂ ਸਾਨੂੰ ਫੀਲਡ ਦਾ ਪਤਾ ਨਹੀਂ ਹੁੰਦਾ ਔਰ ਫੀਲਡ ਜਦੋਂ ਆਉਂਦੇ ਹਾਂ ਤਾਂ ਫੀਲਡ 'ਚ ਅਸੀਂ ਸਿੱਖਦੇ ਹਾਂ ਚਾਰੇ ਮਕਸਦ ਸਾਡੇ ਇੱਕ ਐਸੇ ਸਾਡੇ ਅਫਸਰ ਨੇ ਮੈਂ ਇਹਨਾਂ ਨੂੰ ਕਹਾਂਗਾ ਸਾਡਾ ਇਲਮ ਦਾ ਸਮੁੰਦਰ ਹੈ ਔਰ ਇਲਮ ਦਾ ਸਮੁੰਦਰ ਜਦੋਂ ਫਾਟਾ ਮਾਰਦਾ ਤਾਂ ਫਿਰ ਸਮੁੰਦਰ ਦੀ ਵਰਦੀ ਜਿੱਦਤ ਲੱਗ ਜਾਏ ਜੀ ਚਾਰੇ ਮਕਸਦ ਸਾਹਿਬ ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਚੰਗਾ ਤੁਸੀਂ ਵੀ ਇਹਨੂੰ ਮੌਕਾ ਲੈਣ ਦਿੰਦੇ ਤੇ ਆਪਾਂ ਛੇਕੜ ਤੇ ਸ਼ੁਰੂ ਕਰਦੇ ਪਰ ਮੇਰੇ ਭਰਾ ਦੇ ਜਜ਼ਬਾਤ ਨਹੀਂ ਹਟਦੇ ਇੱਥੇ ਸਾਹਮਣੇ ਆ ਜਾਈ ਯਾਰ ਦੋਸਤਾਂ ਸਾਹਿਬ ਮੇਰੇ ਬਲਕਿ ਮੇਰੇ ਕੋਲ ਹੀ ਆ ਜਾ ਇੱਥੇ ਬੜਾ ਅੱਛਾ ਯਾਰ ਆਪਾਂ ਰਲ ਕੇ ਬਹਿਣਾ ਕੁਰਸੀ ਮੇਰੇ ਕੋਲ ਲੈ ਯਾਰ ਗੱਲ ਕਿਹੜੀ ਹੈ ਉਹ ਇੱਥੇ ਮੇਰੇ ਕੋਲ ਹੀ ਆ ਜਾ ਯਾਰ ਗੱਲ ਕਿਹੜੀ ਹੈ ਇਹ ਨਾ ਭੈੜਿਆ ਕਰ ਦੇਖੋ ਜੀ ਮੇਰੀ ਖਤਮ ਕਰੋ ਬਾਅਦ ਤੁਸੀਂ ਤਸੱਲੀ ਕਰੋ ਨਾ ਇੱਕ ਮਿੰਟ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਦਾ ਤੁਸੀਂ ਤਸ਼ਰੀਫ ਲਿਆਏ ਇਹ ਡਿਪਾਰਟਮੈਂਟ ਬਸ ਇਹ ਡਿਪਾਰਟਮੈਂਟ ਤੁਹਾਡੇ ਕੋਲ ਸਿਰਫ ਤੁਹਾਡੀ ਖਿਦਮਤ ਲਈ ਹੈ ਜਿੱਦਣ ਇਹ ਦੇਰ ਜੋ ਕੱਢ ਰਹੀ ਹੈ ਨਾ ਉਹ ਦਿਨ ਇਹ ਖਤਮ ਹੋ ਜਾਂਦਾ ਅਗਰ ਅਸੀਂ ਇੱਥੇ ਆਏ ਹਾਂ ਫੀਲਡ 'ਚ ਕੰਮ ਕਰਦੇ ਹਾਂ ਵਾਹ ਫਖਰ ਨਾ ਕਹਿੰਦਾ ਕਿ ਮੇਰਾ ਵਾਹ ਡਿਪਾਰਟਮੈਂਟ ਆ ਇਨ ਡਿਸਟ੍ਰਿਕਟ ਬਹਾਵਲ ਨਗਰ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰੂੰਗਾ ਅਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਸਾਰੀ ਜ਼ਿੰਦਗੀ ਕੀਤੀ ਹੈ ਵੀ ਆਪਣੇ ਖਿਦਮਤ ਨੂੰ ਮੱਦੇਨਜ਼ਰ ਰੱਖੀਏ ਉਹਦੇ ਵਿੱਚ ਜਿਹਦਾ ਜੋ ਕੁਐਸਚਨ ਆ ਜ਼ਿਹਨ 'ਚ ਹੈ ਉਹ ਵਨ ਬਾਈ ਵਨ ਇਕੱਠੇ ਨਹੀਂ ਵਨ ਬਾਈ ਵਨ ਸ਼ੁਰੂ ਕਰੋਗੇ ਹੁਣ ਤੁਸੀਂ ਜਨਾਬ ਪਹਿਲਾਂ ਆਪਣਾ ਸਵਾਲ ਦੱਸੋ ਇਹ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿਸੇ ਵੀ ਚੀਜ਼ ਦਾ ਕੋਈ ਵੀ ਮਸਲਾ ਹੈ ਸਭ ਤੋਂ ਪਹਿਲੇ ਚੀਜ਼ ਮੇਨ ਬੀਜ ਹੈ ਇੰਡੀਆ ਜਿੰਨਾ ਅਸੀਂ ਪੂਰਾ ਪਾਕਿਸਤਾਨ ਕਮਾ ਰਹੇ ਹਾਂ ਸਾਰੀ ਫਸਲ ਤੋਂ ਉਤਨਾ ਖਾਲੀ ਬੀਜਾਂ ਤੋਂ ਕਮਾ ਰਿਹਾ ਜਿਹੜੀ ਹੁਣ ਪਾਇਨੀਅਰ ਦੀ ਗੱਲ ਕਰ ਰਹੇ ਹੋ ਹੁਣ ਇੰਡੀਆ ਸਾਨੂੰ ਨਹੀਂ ਦੇ ਰਿਹਾ ਅਸੀਂ ਵੀ ਪਰੇਸ਼ਾਨ ਹੈ ਤੁਸੀਂ ਵੀ ਪਰੇਸ਼ਾਨ ਨੇ ਹੁਣ ਮੈਨੂੰ ਪਤਾ ਜੀ ਮੈਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਬਹੁਤ ਸਮਝਣ ਵਾਲਾ ਤਾਂ ਸ਼ੁਕਰ ਹੈ ਅੱਛਾ ਲੇਕਿਨ ਪਾਇਨੀਅਰ ਦੇ ਮੁਕਾਬਲੇ ਦਾ ਬੀਜ ਹੋਰ ਕਿਸੇ ਕੰਪਨੀ ਕੋਲ ਨਹੀਂ ਹੈ ਜਦੋਂ ਬੀਜ ਹੀ ਅੱਛਾ ਨਾ ਬੀਜ ਸੋ ਤੁਸੀਂ ਉਦੋਂ ਤੁਸੀਂ ਫਸਲ ਦੀ ਔਸਤ ਕਿਸ ਤਰ੍ਹਾਂ ਪੂਰੀ ਲੈ ਸਕਦੇ ਹੋ ਜਿਹੜਾ ਸਾਡਾ ਪਾਕਿਸਤਾਨ ਇੱਕ ਮਿੰਟ ਹੁਣ ਤੁਹਾਡਾ ਕੰਮ ਹੀ ਖਤਮ ਹੋ ਗਿਆ ਲੀਵ ਦੈਟ ਯਾਰ ਲੀਵ ਦੈਟ ਟਾਪਿਕ ਲੀਵ ਦੈਟ ਟਾਪਿਕ ਅਬ ਆਪਕੋ ਇਜਾਜ਼ਤ ਨਹੀਂ ਬਾਤ ਖਤਮ ਹੋ ਗਈ ਹੁਣ ਤੁਸੀਂ ਇਹ ਦੱਸੋ ਵੀ ਮੇਰਾ ਇਹ ਮੇਨ ਸਵਾਲ ਹੈ ਵੀ ਜਦੋਂ ਤੱਕ ਕਿਸੇ ਵੀ ਫਸਲ ਦਾ ਕਿਸੇ ਵੀ ਚੀਜ਼ ਦਾ ਤੁਸੀਂ ਬੀਜ ਅੱਛਾ ਨਹੀਂ ਬੀਜਦੇ ਉਹਦੀ ਅੱਛੀ ਤਵੱਕੋ ਤੁਸੀਂ ਕਿਸ ਤਰ੍ਹਾਂ ਕਰਦੇ ਨੇ ਬਾਅਦ 'ਚ ਜ਼ਮੀਨ ਦੀ ਤਿਆਰੀ ਹੈ ਬਾਅਦ 'ਚ ਹਰ ਚੀਜ਼ ਹੈ ਮੇਨ ਤੁਹਾਡੀ ਚੀਜ਼ ਬੀਜ ਕਿਸੇ ਵੀ ਚੀਜ਼ ਦਾ ਉਹ ਤੁਹਾਡੀ ਬੱਕਰੀ ਦਾ ਹੋਵੇ ਉਹ ਤੁਹਾਡੇ ਕੱਟੇ ਦਾ ਹੋਵੇ ਉਹ ਤੁਹਾਡੇ ਕਿਸੇ ਵੀ ਚੀਜ਼ ਦਾ ਹੋਵੇ ਅਤੇ ਸਾਡੇ ਪਾਕਿਸਤਾਨ ਨੇ ਅੱਜ ਤੱਕ ਕਿਸੇ ਚੀਜ਼ ਦਾ ਬੀਜ ਨਹੀਂ ਬਣਾਇਆ ਬਾਕੀ ਤਾਂ ਕੀ ਹੈ ਸਬਜ਼ੀਆਂ ਦੇ ਬੀਜ ਦੀ ਗੱਲ ਕਰ ਲਓ ਇਹ ਤੁਹਾਡੇ ਬੀਜ ਨੇ ਇੱਕ ਸਾਈਡ 'ਤੇ ਸਾਨੂੰ ਇੰਡੀਆ ਦਾ ਬੀਜ 500 ਵਾਲਾ 5000 ਦਾ ਮਿਲੇ ਤਾਂ ਅਸੀਂ ਉਹ ਲਾਉਣੇ ਹੈ ਇਹ ਨਹੀਂ ਲਾਉਣੇ ਇਹ ਇੱਕ ਏਕੜ ਦੀ ਔਸਤ ਉਹਦੀ ਦੋ ਖਾਲੀਆਂ ਦੀ